ਰਾਮ ਰਾਮ, ਸਲਾਮ ਵਾਲੇਕਮ, ਸਤਿ ਸ਼੍ਰੀ ਅਕਾਲ। ਗੱਲ ਸੁਣ ਲਓ ਮੇਰੀ, ਹੁਣ ਬਾਈ ਵੀਡੀਓ ਨੂੰ ਸ਼ੇਅਰ ਮਾਰ ਦਿਓ ਜਿਹੜੇ ਘਰੇ ਸੁੱਤੇ ਪਏ ਆ। ਕੱਲ੍ਹ ਨੂੰ ਅਸੀਂ ਹੁਣ ਕੋਰਟ 'ਚ ਜਾ ਕੇ ਆਏ, ਸਾਰੀ ਗੱਲ ਪੁੱਛ ਕੇ ਆਏ ਹਾਂ। ਅਤੇ ਜਿਹੜੇ ਕਹਿੰਦੇ ਨਾ 10 ਸਾਲ ਦੀ ਸਜ਼ਾ, 7 ਲੱਖ ਰੁਪਏ ਜੁਰਮਾਨਾ ਜ਼ਰੂਰ ਹੈਗਾ, ਸਾਰਾ ਕੁਛ ਲਾਗੂ ਹੈ, ਲੇਕਿਨ ਗੱਡੀ ਉਦੋਂ ਹੀ ਛੁੱਟੂਗੀ ਜਦੋਂ 7 ਲੱਖ ਭਰੂਗਾ ਗੱਡੀ ਮਾਲਿਕ, ਅਤੇ ਡਰਾਈਵਰ 10 ਸਾਲ ਅੰਦਰ ਜਾਊਗਾ ਅਤੇ 7 ਲੱਖ ਭਰਿਆ ਹੀ ਗੱਡੀ ਜਵਾਨਤ ਹੋਣੀ। ਇੰਨਾ ਚਿਰ ਗੱਡੀ ਜਵਾਨਤ ਨਹੀਂ ਹੋਵੇਗੀ। ਸੁੱਤੇ ਰਹਿਣਾ ਤਾਂ ਸੁੱਤੇ ਰਹੋ, ਅਤੇ ਡਰਾਈਵਰਾਂ ਨਾਲ ਖੜ੍ਹਨਾ ਤਾਂ ਖੜ੍ਹ ਜਾਓ, ਤੁਹਾਡੀ ਮਰਜ਼ੀ ਹੈ ਅੱਗੇ, ਠੀਕ ਹੈ। ਅਤੇ ਵੀਡੀਓ ਨੂੰ ਸ਼ੇਅਰ ਮਾਰ ਦਿਓ ਵੀਰ ਮੇਰੇ, ਉਹ ਜਿਹੜੇ ਕਹਿੰਦੇ ਆ ਨਾ ਆਪਣੀਆਂ ਗੱਡੀਆਂ ਵਿੱਚ ਚੱਲਣਗੀਆਂ, ਕੁਛ ਹੋਊਗਾ ਪਹੁੰਚਾ ਦਿਓ, ਉਹਨਾਂ ਤੱਕ ਪਹੁੰਚਣੀ ਚਾਹੀਦੀ ਹੈ ਗੱਡੀ ਦੀ ਜਵਾਨਤ। ਵਕੀਲ ਨੇ ਦੱਸਿਆ ਵੀ ਗੱਡੀ ਦੀ ਜਵਾਨਤ ਨਹੀਂ ਹੋਵੇਗੀ, ਜਿਹੜੀ ਗੱਡੀ ਨਾਲ ਕੋਈ ਥੱਲੇ ਆ ਕੇ ਬੰਦਾ ਮਰ ਜਾਂਦਾ, ਉਹ ਗੱਡੀ ਦੀ ਜਵਾਨਤ ਹੋਊਗੀ ਉਦੋਂ ਹੀ ਜਦੋਂ 7 ਲੱਖ ਰੁਪਇਆ ਭਰਿਆ ਜਾਊਗਾ। ਅਤੇ ਇੰਨਾ ਚਿਰ ਜਵਾਨਤ ਨਹੀਂ ਹੋਊਗੀ ਅਤੇ ਡਰਾਈਵਰ ਤਾਂ ਚੱਲ ਅੰਦਰ ਜਾਊ ਹੀ ਜਾਊਗਾ 7-10 ਸਾਲ ਵਾਸਤੇ। ਜੇ ਉਹ ਭੱਜ ਗਿਆ ਤਾਂ, ਜੇ ਨਹੀਂ ਭੱਜਿਆ ਤਾਂ 5 ਸਾਲ ਦੀ ਸਜ਼ਾ ਡਰਾਈਵਰ ਨੂੰ, ਠੀਕ ਹੈ ਜੀ। ਇਹ 5 ਸਾਲ ਦੀ ਸਜ਼ਾ ਹੈ ਅਤੇ 2000 ਰੁਪਇਆ ਜੁਰਮਾਨਾ ਲਾਸਟ 'ਚ ਜਦੋਂ ਬਰੀ ਹੋ ਕੇ ਆਊਗਾ, 2000 ਰੁਪਇਆ ਭਰ ਕੇ ਆਊਗਾ। ਅਤੇ ਗੱਡੀ ਨੂੰ 7 ਲੱਖ ਰੁਪਇਆ ਭਰ ਕੇ ਗੱਡੀ ਜਵਾਨਤ ਹੋਊਗੀ, ਗੱਡੀ 'ਚ 1 ਲੱਖ ਰੁਪਈਏ ਦੀ ਹੈ ਜੇ 50 ਲੱਖ ਦੀ ਹੈ, ਠੀਕ ਹੈ। ਨੋਟ ਕਰ ਲਿਓ ਗੱਲ, ਅਤੇ ਵੀਡੀਓ ਨੂੰ ਸ਼ੇਅਰ ਮਾਰ ਦਿਓ ਭਰਾਵਾ।